a South Asian Canadian channel. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਡੇਢ ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ। ਕਦੇ ਚਾਰ ਕਾਲੇ ਚੋਲੇ ਪਾ ਕੇ, ਕਦੇ ਰੋਸ ਮਾਰਚ ਕੱਢ ਕੇ ਅਤੇ ਕਦੇ ਪੰਜਾਬ ਦੇ DC ਨੂੰ ਮੰਗ ਪੱਤਰ ਦੇ ਕੇ ਯਤਨ ਕੀਤੇ ਜਾ ਰਹੇ ਨੇ। ਇਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਪਿੰਡ ਜਾ ਕੇ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਪਿੰਡ ਅਟਾਰੀ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਅਸੀਂ ਪਿੰਡ ਅਟਾਰੀ ਪੁੱਜੇ ਹਾਂ ਅਤੇ ਕੱਲ੍ਹ ਗੁਰਦਾਸਪੁਰ ਵਿੱਚ ਮੀਟਿੰਗ ਕੀਤੀ ਜਾਵੇਗੀ। ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਨਾਂ ਦੀ ਪਰੋਲ ਲਈ ਇਹ ਯਤਨ ਆਰੰਭੇ ਗਏ ਸੀਗੇ, ਜਿਹਦੇ ਵਿੱਚ ਪਹਿਲਾਂ ਅਸੀਂ ਮੈਮੋਰੈਂਡਮ ਦਿੱਤੇ, ਕਾਲੇ ਚੋਲੇ ਪਾ ਕੇ ਪ੍ਰੋਟੈਸਟ ਕੀਤਾ, ਮਾਰਚ ਕੀਤੇ ਅਤੇ ਫਿਰ ਅਸੀਂ ਪਿਛਲੇ ਦਸੰਬਰ 'ਚ ਇਹ ਫੈਸਲਾ ਕੀਤਾ ਕਿ ਇਹਨੂੰ ਜੰਗੀ ਪੱਧਰ ਦੇ ਉੱਤੇ ਦਸਖਤੀ ਮੁਹਿੰਮ ਸ਼ੁਰੂ ਕੀਤਾ ਜਾਵੇ। ਹੁਣ ਇਹ ਦਸਖਤੀ ਮੁਹਿੰਮ ਸਾਡੀ ਸ਼ੁਰੂ ਆ ਔਰ ਲਗਭਗ ਇਹਨੂੰ ਪਿੰਡ ਪਿੰਡ ਪੱਧਰ ਤੱਕ ਲਿਜਾਣ ਲਈ ਅਸੀਂ ਹੁਣ ਹਲਕਾ ਆਵਾਜ਼ ਮੀਟਿੰਗਾਂ ਵੀ ਸ਼ੁਰੂ ਕੀਤੀਆਂ। ਅੱਜ ਅਟਾਰੀ ਹਲਕੇ ਦੀ ਮੀਟਿੰਗ ਸਾਡੇ ਮੈਂਬਰ SGPC ਖਾਪੜਖੇੜੀ ਸਾਹਿਬ ਅਤੇ ਰਣੀਕੇ ਸਾਹਿਬ ਉਹਨਾਂ ਦੀ ਕਮਾਂਡ 'ਚ ਇਹ ਸ਼ੁਰੂ ਕੀਤੀ ਗਈ ਆ। ਇਸੇ ਤਰ੍ਹਾਂ ਕੱਲ੍ਹ ਨੂੰ ਗੁਰਦਾਸਪੁਰ 'ਚ ਆ, ਫਿਰ ਦੁਆਬੇ 'ਚ ਆ, ਇਹ ਲਗਾਤਾਰ ਇਸੇ ਤਰ੍ਹਾਂ ਮੁਹਿੰਮ ਰਹਿਣੀ ਆ ਔਰ ਇਸ ਮੁਹਿੰਮ ਦੇ ਵਿੱਚ ਜਿਹੜੇ ਵੀ ਲੋਕ ਦਸਖਤ ਕਰਕੇ ਆਪਣਾ ਹਿੱਸਾ ਪਾਉਂਦੇ ਆ, ਮੈਂ ਸਮਝਦਾ ਜਿਹੜੇ ਅੰਦਰ ਬੈਠੇ ਉਹਨਾਂ ਦੀ ਇਹ ਆਪਾਂ ਮੋਰਲ ਤੌਰ ਦੇ ਉੱਤੇ ਵੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਮਨੁੱਖੀ ਹੱਕਾਂ ਹਕੂਕ ਜਿਹੜੇ 20 ਸਾਲ ਤੋਂ ਬਾਅਦ ਕੈਦ ਜਿਹੜੀ ਖਤਮ ਹੋ ਜਾਂਦੀ ਪਰ 33 ਸਾਲ ਹੋ ਗਏ ਖਤਮ ਨਹੀਂ ਹੋਈ। ਇਸ ਕਰਕੇ ਇਹਨੂੰ ਆਪਾਂ ਜੰਗੀ ਪੱਧਰ 'ਤੇ ਹਲਕਾ ਬਾਈ ਲਿਜਾ ਕੇ ਸਾਰੀ ਪੰਜਾਬ ਦੀ ਧਰਤੀ 'ਤੇ, ਮੈਂ ਆਪ ਵੀ ਜਾਤੀ ਤੌਰ 'ਤੇ ਸਾਰਿਆਂ ਫੰਕਸ਼ਨਾਂ ਦੇ ਵਿੱਚ ਯਤਨ ਕਰੂੰਗਾ ਜਾਵਾਂ ਅਤੇ ਇਹਨੂੰ ਅਸੀਂ ਵੱਡੇ ਪੱਧਰ 'ਤੇ ਜਿਹੜਾ ਹੁਣ ਪ੍ਰਚਾਰ। ਬੰਦੀ ਸਿੰਘਾਂ ਦੀ ਜਿਹੜੀਆਂ ਰਿਹਾਈਆਂ ਵਾ ਹੁੰਦੀਆਂ ਨੇ ਪਈਆਂ, ਜੇ ਰਾਮ ਰਹੀਮ ਦੀ ਗੱਲ ਕੀਤੀ ਜਾਵੇ, ਵਾਰ ਵਾਰ ਪਰੋਲ ਮਿਲਦੀ ਅਤੇ ਲੰਬੀ ਮਿਲਦੀ ਹੈ, ਕੀ ਕਾਰਨ ਹੈ? ਦੇਖੋ, ਰਾਮ ਰਹੀਮ ਨੂੰ ਆਪਾਂ ਉਹਦਾ ਇੱਕ ਵੱਖਰਾ ਮਸਲਾ, ਕਿਉਂਕਿ ਉਹਨੂੰ ਤਾਂ VIP ਟ੍ਰੀਟਮੈਂਟ ਉਹਨੇ ਅਮੈਂਡਮੈਂਟ ਵੀ ਕਰਤੀ ਆ ਲਾਅ ਦੇ ਵਿੱਚ, ਪਰ ਸਾਡੇ ਜਿਹੜੇ ਸਿੰਘ ਆ ਉਹ ਕੁਛ ਕੋਈ 28 ਦਿਨ ਲਈ ਆਉਂਦਾ, ਕੋਈ 30 ਦਿਨ ਲਈ ਆਉਂਦਾ, ਉਹ ਵੀ ਸਾਰੇ ਨੇ। ਉਹ ਕੁਛ ਵਿਚਾਰੇ ਹੈਗੇ 5-4 ਸਰੀਰ ਜਿਹੜੇ ਆ ਜਾਂਦੇ ਆ ਤਾਂ ਫਿਰ ਮੁੜ ਕੇ ਚਲੇ ਜਾਂਦੇ। ਅਸੀਂ ਤਾਂ ਪੱਕੀ ਪਰੋਲ ਦੀ ਉਹਨਾਂ ਕੋਲ ਮੰਗ ਕਰਦੇ ਹਾਂ ਸਰਕਾਰ ਤੋਂ, ਇਹਨਾਂ ਨੂੰ ਪੱਕੀ ਪਰੋਲ 'ਤੇ ਰਿਹਾਅ ਕੀਤਾ ਜਾਵੇ। ਪ੍ਰਧਾਨ ਜੀ, ਲੱਗਦਾ ਵਾ ਵੀ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੇ ਲਈ ਕੋਈ? ਦੇਖੋ, ਮੈਂ ਆਪ ਵੀ ਬੋਲਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ, ਜਿਸ ਦਿਨ ਸੁਪਰੀਮ ਕੋਰਟ ਦੇ ਵਿੱਚ ਆਰਗੂ ਹੋਇਆ ਕੇਸ, ਸੈਂਟਰ ਸਰਕਾਰ ਇੱਕ ਪੂਚਾਪਾਚੀ ਕਰਦੀ ਰਹੀ, ਪੰਜਾਬ ਦੀ ਸਰਕਾਰ ਨੇ ਹਰਿਆਣੇ ਦਾ ਪੱਖ ਪੂਰਿਆ, ਹਿਮਾਚਲ ਦੀ ਸਰਕਾਰ ਨੇ ਉਹਨਾਂ ਦਾ ਪੱਖ ਪੂਰਿਆ ਅਤੇ ਇੱਥੋਂ ਗੱਲ ਸਾਫ਼ ਹੋ ਜਾਂਦੀ ਹੈ ਅਤੇ BJP ਨੇ ਵੀ ਉਹਨਾਂ ਦਾ ਪੱਖ ਹਰਿਆਣੇ ਵਾਲਿਆਂ ਦਾ ਪੂਰਨਾ ਹੀ ਸੀਗਾ ਅਤੇ ਇੱਥੋਂ ਗੱਲ ਸਪਸ਼ਟ ਆ ਕਿ ਰਲਿਓ ਆ ਸਾਰੀ ਇਹ ਸਿੱਖੀ ਨੂੰ ਕਮਜ਼ੋਰ ਕਰਨ ਲਈ ਸਾਰਾ ਆਪਣਾ। A South Asian Canadian channel.